ਸਸ ਸਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਆ ਜਿਵੇਂ ਕਿ ਪਿਛਲੀਆਂ ਵੀਡੀਓ ਥੋੜੀਆਂ ਜੀਆਂ ਸੀਰੀਅਸ ਹੋ ਗਈਆਂ ਸੀ ਸੋ ਕੁਝ ਦੋਸਤਾਂ ਦੇ ਫੋਨ ਆਏ ਕਿ ਵੀਡੀਓ ਥੋੜੀ ਜੀ ਫਨੀ ਰੱਖਿਆ ਕਰੋ ਹੁਣ ਇਹਦੇ ਵਿੱਚ ਫਨ ਕਿੰਨਾ ਹੈ ਤਾਂ ਤੁਸੀਂ ਦੇਖਣਾ ਤੁਸੀਂ ਦੱਸਣਾ ਸੋ ਗੱਲ ਕਰਨ ਲੱਗੇ ਬਚਪਨ ਦੀਆਂ ਸ਼ਰਾਰਤਾਂ ਦੀ ਸੋ ਨਿੱਕੇ ਹੁੰਦੇ ਹਰੇਕ ਗਰੁੱਪ ਦੇ ਵਿੱਚ ਕੋਈ ਨਾ ਕੋਈ ਇੱਕ ਤਿੱਤੀ ਹੁੰਦਾ ਸ਼ਰਾਰਤੀ ਹੁੰਦੇ ਬੱਚੇ ਸਾਡੇ ਗਰੁੱਪ ਵਿੱਚ ਵੀ ਸੀ ਜੌਨੀ ਰੱਖਾ ਸੋ ਐਦਾਂ ਦੇ ਇੱਕ ਤਿੱਤੀ ਬੰਦੇ ਜਿੱਥੇ ਵੀ ਕਿਤੇ ਮੱਖੀਆਂ ਦਾ ਛੱਤਾ ਦੇਖਣਾ ਤਾਂ ਨਾਲਦਿਆਂ ਨੂੰ ਕਹਿਣਾ ਕਿ ਸ਼ਾਇਦ ਖਾਣਾ ਉਹ ਕਈ ਵਿਚਾਰੇ ਭੋਲੇ ਬੰਦੇ ਹੁੰਦੇ ਉਹ ਗੱਲਾਂ ਚ ਆ ਜਾਂਦੇ ਉਹਨਾਂ ਨੇ ਟੀਲਾ ਲੈ ਕੇ ਮੱਖੀਆਂ ਦੇ ਛੱਤੇ 'ਚ ਮਾਰਨਾ ਸ਼ਾਇਦ ਸ਼ੂਦਾ ਦਾ ਪਤਾ ਨਹੀਂ ਮੂੰਹ ਸਰੀਰ ਮੂੰਹ ਸਿਰ ਜ਼ਰੂਰ ਸੋਝ ਜਾਨਾ ਮੱਖੀਆਂ ਨੇ ਪਿੱਛੇ ਪੈ ਜਾਣਾ ਲੜ ਜਾਣੀਆਂ ਜਾਨ ਨਾਲ ਦੇ ਨੇ ਕਹਣਾ ਕਿ ਉਹ ਜਿਆਦਾ ਖਾਲਿਆ ਇਹਦੇ ਨਾਲ ਹੀ ਗੱਲ ਦਾ ਮਿਲਦਾ ਕਿੱਸਾ ਥੋੜਾ ਜਿਹਾ ਜ਼ੂਮ ਕਰਦੇ ਆ ਮੈਂ ਦਿਖਾਉਣ ਲੱਗਿਆ ਸੀ ਆ ਮੈਂ ਤੂ ਥੱਲੇ ਬੈਠਾ ਸੀ ਇਹ ਹੈਗਾ ਜੀ ਆਪਣਾ ਪੂੰਡਾਂ ਦੀ ਖੱਖਰ ਇਹਦੇ ਬਾਰੇ ਵੀ ਕਈ ਵਾਰੀ ਕਿਸੇ ਸ਼ਰਾਰਤੀ ਨੇ ਨਾਲਦਿਆਂ ਨੂੰ ਕਹਿਣਾ ਵੀ ਇਹਦੇ ਵਿੱਚ ਮਿਸ਼ਰੀ ਹੁੰਦੀ ਹੈ ਮਿਸ਼ਰੀ ਮਿਸ਼ਰੀ ਦਾ ਤਾਂ ਪਤਾ ਨਹੀਂ ਕਈਆਂ ਵਿਚਾਰੇ ਨੇ ਬੰਗਾ ਲੈ ਲੈਣਾ ਭੂਂਡ ਦਿਵਾਲੇ ਹੋ ਜੈਣੇ ਮੂੰਹ ਸਿਰ ਸੋਜ ਜੈਣਾ ਆਪਾਂ ਇੱਕ ਮੂਵੀ ਵੀ ਦੇਖੀ ਸੀ ਨਸੀਬ ਉਹ तकरीबन ਸਾਰਿਆਂ ਨੇ ਦੇਖੀ ਹੋਣੀ ਆ ਜਿੱਦਾਂ ਮੇਰ ਮਿੱਤਲ ਸਾਹਿਬ ਦੇ ਸਿਰ ਵਿੱਚ ਭੂਂਡਾਂ ਨਾਲ ਸਿਰ ਭਰ ਜਾਂਦਾ ਫਿਰ ਉਹ ਕੰਗੇ ਨਾਲ ਭੂਂਡ ਕੱਢਦੇ ਹੁੰਦੇ ਆ ਤਾਂ ਇਦਾਂ ਦੀਆਂ ਸ਼ਰਾਰਤਾਂ ਸਾਰਿਆਂ ਦੇ ਨਾਲ ਜੁੜੀਆਂ ਹੋਣੀਆਂ ਜਾਂ ਤਾਂ ਕਿਸੇ ਨਾ ਕਿਸੇ ਨੇ ਕਿਸੇ ਸਿੱਧੇ ਬੰਦੇ ਨੂੰ ਫਸਾਇਆ ਹੋਣਾ ਜਾਂ ਕੋਈ ਨਾ ਕੋਈ ਸ਼ਰਾਰਤੀ ਬੰਦੇ ਦਾ ਸ਼ਿਕਾਰ ਹੋਇਆ ਹੁਣ ਸੋ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਆਪਣੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਐਦਾਂ ਦੀਆਂ ਵੀਡੀਓ ਤੁਹਾਡੇ ਲਈ ਬਣਾਉਂਦੇ ਰਾਵਾਂਗੇ ਚਾਹੁੰਦੇ ਵਾਸਤੇ ਰਹੋ ਰੱਬ ਰਾਖਾ